ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਬਹੁਤ ਹੀ ਖਾਸ ਅਤੇ ਮਹੱਤਵਪੂਰਨ ਪ੍ਰੋਗਰਾਮ ਕਰਾਂਗੇ ਸਾਡੇ ਨਾਲ ਮੌਜੂਦ ਨੇ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਡਵਾਈਜ਼ਰ ਤੀਰਤ ਸਿੰਘ ਪੈਨਕਲ ਜੀ ਤੀਰਤ ਜੀ ਉਹ ਕੰਸਲਟੈਂਟ ਨੇ ਜਿਹੜੇ ਮਾਹਰ ਨੇ ਜਿਨ੍ਹਾਂ ਨੂੰ ਬਾਦਸ਼ਾਹ ਕਿਹਾ ਜਾਂਦਾ ਰਿਫਿਊਜ਼ਡ ਕੇਸਸ ਨੂੰ ਪੀਪੀਆਰ ਦਵਾਉਂਦਾ ਸੋ ਅੱਜ ਸਾਡੇ ਨਾਲ ਮੌਜੂਦ ਨੇ ਅੱਜ ਵਿਸ਼ਾ ਬੜਾ ਮਹੱਤਵਪੂਰਨ ਆਇਕਤਾ ਇਹ ਗੱਲ ਕਰਾਂਗੇ ਕਰਾਂਗੇ ਇਹ ਹੁਣ ਕਿੰਨਿਆਂ ਕੇ ਰਿਫਿਊਜ਼ ਲਾਦੇ ਵੀਜ਼ੇ ਲੈ ਦਿੱਤੇ ਨੇ ਪਿਛਲੇ 2-4 ਦਿਨਾਂ ਦੇ ਵਿੱਚ ਔਰ ਕਿੰਨੇ ਕਿਨੇ ਰਿਫਿਊਜ਼ਲ ਤੋਂ ਬਾਅਦ ਰਿਜ਼ਲਟ ਲੈ ਕੇ ਦਿੱਤੇ ਨੇ ਪਰ ਸਭ ਤੋਂ ਪਹਿਲਾਂ ਜਿਹੜਾ ਮਹੱਤਵਪੂਰਨ ਸਵਾਲ ਕਰਨਾ ਹੈ ਕਿ ਜਿਨ੍ਹਾਂ ਵਿਦਿਆਰਥੀਆਂ ਨੂੰ ਪੀਪੀਆਰ ਆ ਗਈ ਉਹ ਆਪਣੀਆਂ ਟਿਕਟਸ ਕਦੋਂ ਬੁੱਕ ਕਰਾਉਣ ਅਸੀਂ ਗੱਲ ਕਰ ਰਹੇ ਹਾਂ 3 ਨਵੰਬਰ ਵਾਲੇ ਦਿਨ ਹੁਣ ਜਿਨ੍ਹਾਂ ਵਿਦਿਆਰਥੀਆਂ ਨੂੰ ਪੀਪੀਆਰ ਆ ਗਈ ਉਹ ਆਪਣੀਆਂ ਟਿਕਟਸ ਕਦੋਂ ਬੁੱਕ ਕਰਾਉਣ ਬਹੁਤ ਬਹੁਤ ਸਵਾਗਤ ਹੈ ਜੀ ਸਸਿਕਾ ਥੈਂਕ ਯੂ ਸਰ ਦੇ ਪ੍ਰੋਗਰਾਮ ਦੇਖਦੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਮਸਲਾ ਇਹ ਹੈ ਕਿ 3 ਨਵੰਬਰ ਤੱਕ ਜਿਨ੍ਹਾਂ ਨੂੰ ਪੀਪੀਆਰ ਆ ਗਈ ਉਹ ਆਪਣੀਆਂ ਟਿਕਟਸ ਕਦੋਂ ਬੁੱਕ ਕਰਾਉਂ ਤੇ ਬਿਲਕੁਲ ਸਰ ਪਹਿਲੇ ਮੈਂ 10 ਵੀ ਦੇਵਾ ਤੇ ਮੈਂ ਦਿਖਾ ਵੀ ਦਵਾ ਸਰ ਇਹ ਅੱਜ ਦੀਆਂ 5 ਪੀਪੀਆਰ ਇਹ ਪੰਜੋ ਵੀਪੀਆਰ ਜਿਹੜੇ ਬੱਚੇ ਪਹਿਲਾਂ ਰਿਫਿਊਜ਼ ਹੋਏ ਹੋਏ ਸੀ ਉਹ ਵੀਜ਼ਾ ਲੈ ਗਏ ਇਹਨਾਂ ਚੋਂ ਇੱਕ ਬੱਚਾ 18 ਪਾਸ ਆਊਟ ਇੱਕ ਬੱਚਾ 19 ਪਾਸ ਆਊਟ ਪਲੱਸ 2 ਵਾਲੇ ਬੱਚੇ ਆ ਤਿੰਨ ਬੱਚੇ 20 ਪਾਸ ਆਊਟ ਆ ਤੇ ਮੈਂ ਜਿੱਦਾਂ ਸਰ ਹਰ ਬੱਚੇ ਨੂੰ ਕਹਿੰਦਾ ਵੀ ਹੁੰਦਾ ਕਿ ਯੈਸ ਅੱਜ ਦੀ ਰੇਟ ਕੱਲੀ ਓਨਲੀ ਫਾਈਲਿੰਗ ਕਰਦੇ ਇਹਦੇ ਚ ਦੋ ਬੱਚਿਆਂ ਨੇ ਕੱਲੀ ਸਿਰਫ ਫਾਈਲਿੰਗ ਕੀਤੀ ਆ ਤੇ ਸਿਰਫ ਬੱਚੇ ਜਿਹਦਾ ਪਹਿਲਾਂ ਕਿਸੇ ਕਾਲਜ ਕੋਚ ਰਿਫਿਊਜ਼ ਹੋਏ ਦੁਬਾਰਾ ਸੇਮ ਚ ਅਪਲਾਈ ਕਰਕੇ ਯੈਸ ਐਮਬੈਸੀ ਚ ਏਸੀ ਏਜੰਟ ਬਣ ਕੇ ਬੱਚਾ ਵੀਜ਼ਾ ਲੈਣ ਦੇ ਵਿੱਚ ਕਾਮਯਾਬ ਹੋਇਆ ਇਸ ਲਈ ਮੇਰੀ ਹਰ ਬੱਚੇ ਨੂੰ ਅਡਵਾਈ ਕੁਇਆ ਸੀ ਇਹ ਨਹੀਂ ਕਹਿੰਦਾ ਕਿ ਹਾਂਜੀ ਸ਼ਰਤੀਆ ਵੀਜ਼ਾ ਕੁਝ ਯਸ ਸ਼ਰਤੀਆ ਮਿਹਨਤ ਹਾਂ ਇੱਕ ਚੀਜ਼ ਹੀ ਸ਼ਰਤ ਜੁੜਾ ਕਿ ਯਸ ਇਮਾਨਦਾਰੀ ਦੀ ਜੈਨੂ ਤੁਸੀਂ ਸਲਾਹ ਸਾਡੇ ਆਫਿਸ ਤੋਂ ਜਰੂਰ ਲੈ ਕੇ ਜਾਓਗੇ ਤੇ ਬਾਕੀ ਸਰ ਹੁਣ ਮਾ ਮੁੱਦੇ ਦੇ ਆਉਣਾ ਵੀਜ਼ਾ ਲੈਣਾ ਅੱਜ ਦੀ ਯੇ ਵਿੱਚ ਬਹੁਤ ਔਖਾ ਚੈਲੰਜ ਆ ਬਟ ਨਵੰਬਰ ਮਨਥ ਤੋਂ ਮੈਂ ਕਹੂੰਗਾ ਸਾਰੇ ਚੈਲੰਜ ਹੀ ਤੋੜਦੇ ਪੂਰਾ 2022 ਜੇ ਮੈਂ ਦੇਖਾ ਤਾਂ ਸਭ ਤੋਂ ਜ਼ਿਆਦਾ ਵਧੀਆ ਮਨਥ 2022 ਰਿਆ ਲੌਗਡ ਪਹਿਲੋਂ ਕੈਨੇਡਾ ਬੰਦ ਦੇ ਹੋ ਕੇ ਲੱਗੇ ਸੀ ਟਾਰਾ ਕਰਕੇ ਵੀਜ਼ੇ ਆਏ ਕੈਨੇਡਾ ਇੰਟਰਵਿਊ ਦੇ ਹੋ ਕੇ ਲੱਗਨੇ ਸ਼ੁਰੂ ਹੋਏ ਉਸ ਤੋਂ ਬਾਅਦ 3 31 ਅਕਤੂਬਰ ਨੂੰ ਪਹਿਲੀ ਵੀਡੀਓ ਜਿਹੜੀ ਕਿ YouTube ਤੇ ਪੇਸ਼ ਸੀਗੀ ਉਸ ਤੋਂ ਬਾਅਦ ਲੋਕਾਂ ਨੇ ਸ਼ੁਰੂ ਕਰ ਲਿਆ ਜੀ ਆਹ ਬੋਲੇ ਉਹ ਆਹ ਬੋਲੇ ਇੰਟਰਵਿਊ ਬਹੁਤ ਕਿਤੇ ਟਾਵੇਂ ਟਾਵੇਂ ਬੱਚੇ ਦੀ ਗੱਲ ਕਿਹਾ ਕਿ ਸਾਨੂੰ ਕਿਸੇ ਵੀ ਬੱਚੇ ਦੀ ਨਹੀਂ ਤੇ ਵਾਹਿਗੁਰੂ ਦੀ ਕਿਰਪਾ ਨਾਲ ਸਭ ਤੋਂ ਹਾਈएस्ट ਮਤ ਜੇ ਮੈਂ ਆਪਣਾ ਵੀ ਕਵਾਂ ਵੀਜ਼ਿਆਂ ਦਾ ਕਿ ਜਿਹੜਾ ਨਵੰਬਰ ਹੀ ਰਿਹਾ ਖਾਸ ਔਰਤਾਂ ਰਿਫਿਊਜ਼ ਹੋਣ ਦੇ ਬੱਚਿਆਂ ਦਾ ਸੋ ਬਲੇਸਿੰਗਸ ਰਹੀਆਂ ਹੁਣ ਇੱਕ ਮੇਰੀ ਬੱਚਿਆਂ ਨੂੰ ਸਲਾਹ ਹੈਗੀ ਆ ਸੋ ਬੇਟਾ ਜਰੂਰ ਇਸ ਚੀਜ਼ ਤੇ ਜਿਹੜਾ ਫੋਕਸ ਕਰਨਾ ਕਿਉਂ ਪਹਿਲਾ ਚੈਲੰਜ ਕੀ ਹੈਗਾ ਕੈਨੇਡਾ ਵਾਸਤੇ ਸਹੀ ਕਾਲਜ ਕੋ ਚ ਐਡਮਿਸ਼ਨ ਲੈਣੀ ਦੂਜਾ ਚੈਲੰਜ ਵੀਜ਼ਾ ਵੀ ਹੈਗਾ ਸੋ ਪਹਿਲਾਂ ਤੁਸੀਂ ਸਹੀ ਕਾਲਜ ਕੋ ਚ ਐਡਮਿਸ਼ਨ ਵੀ ਲੈ ਲਈ ਵੀਜ਼ਾ ਵੀ ਆ ਗਿਆ ਦੋਨੋਂ ਚੈਲੰਜ ਹੈ ਬਟ ਇੱਕ ਹੋਰ ਚੈਲੰਜ ਹੁਣ ਬੱਚਿਆਂ ਨੂੰ ਫੇਸ ਕਰਨਾ ਪੈ ਰਿਹਾ ਹੁਣ ਚੈਲੰਜ ਕੀ ਹੈਗਾ ਜਦੋਂ ਵੀਜ਼ਾ ਆ ਗਿਆ ਬਿਲਕੁਲ ਮੈਂ ਸਮਝ ਸਕਦਾ ਸੋ ਅਸੀਂ VSH ਚ ਨਿਕਲੀਏ ਹੁਣ ਕਾਲੀ ਹੈ ਕਿ ਫਟਾਫਟ ਚਲੇ ਜਾਈਏ ਬਸ ਹੁਣ ਚਲੇ ਜਾਵਾ ਫਟਾਫਟ ਬਟ ਮੈਂ ਦੁਬਾਰਾ ਬਟ ਹਰ ਬੱਚੇ ਨੂੰ ਕਹਾਂਗਾ ਟਿਕਟ ਬੁੱਕ ਕਰਾਉਣ ਤੋਂ ਪਹਿਲਾਂ ਜਦੋਂ ਮਰਜ਼ੀ ਕਰਾਓ ਮਹਿੰਗੀ ਸਸਤੀ ਹੋਵੇ ਸੋ ਬਿਲਕੁਲ ਉਹ ਸਹੀ ਹੈ ਬਟ ਯੈਸ ਮੇਰਾ ਇੱਕ ਖਾਰਬਾ ਚੀਨੋ ਦਾ ਵਾਇਸਾ ਟਿਕਟ ਬੁੱਕ ਕਰਾਉਣ ਤੋਂ ਪਹਿਲਾਂ ਆਪਣੇ ਕਾਲਜ ਨੂੰ ਆਪਣੀ ਪੀਪੀਆਰ ਕਿਉਂਕਿ ਬਹੁਤ ਸਾਰੇ ਕਾਲਜੇ ਪੀਪੀਆਰ ਐਕਸੈਪਟ ਨਹੀਂ ਕਰਦੇ ਉਹ ਕਹਿੰਦੇ ਜੀ ਸਾਨੂੰ ਤੁਹਾਡਾ ਜਿਹੜਾ ਕਿ ਵੀਜ਼ਾ ਸਟੈਂਪਿੰਗ ਚਾਹੀਦੀ ਹੈ ਜਿਹੜੀ ਪਾਸਪੋਰਟ ਦੀ ਕਾਪੀ ਤਾਂ ਅਸੀਂ ਤੁਹਾਡੀ ਸੀਟ ਕਨਫਰਮ ਕਰਾਵਾਂਗੇ ਬੜਾ ਤਾਂ ਟਿਕਟ ਬੁੱਕ ਕਰਾਉਣੀ ਆ ਕਿਉਂਕਿ ਹੁਣ ਕੀ ਹੈਗਾ ਵਾ ਹਜੇ ਵੀ ਵੇਅਰ ਬੱਬਲ ਜਿਹੜਾ ਚੱਲਣ ਦੇ ਆ ਸਿਸਟਮ ਤੇ ਬੱਚਿਆਂ ਦੀਆਂ ਟਿਕਟਸ ਨੋ ਰਿਫੰਡ ਦੇ ਵਾਲਾ ਟਿਕਟਸ ਦੇ ਰੇਟ ਬਹੁਤ ਜ਼ਿਆਦਾ ਹਾਈ ਲੈਵਲ ਤੇ ਹੈਗਾ ਜਿਵੇਂ 15 ਤਰੀਕ ਤੋਂ ਅਨਵਰਡ ਦੀ ਜੇ ਮੈਂ ਗੱਲ ਕਰਾਂ ਇਸੇ ਲਈ ਮੈਂ ਸਟੂਡੈਂਟ ਨੂੰ ਐਡਵਾਈਸ ਕਰ ਰਿਹਾ ਕਾਲੀ ਨਾ ਕਰੋ ਕਿਉਂਕਿ ਯੈਸ ਸਚਾਈ ਆ ਬਹੁਤ ਸਾਰੇ ਬੱਚਿਆਂ ਨੇ ਇਵਨ ਕਿ ਮੇਰੇ ਕੋਲ ਵੀ ਬੱਚੇ ਹੋਣੇ ਆ ਜਨਾਂ ਦੇ ਵੀਜ਼ਾਸ ਆ ਗਏ ਬਟ ਕਾਲਜ ਕਹਿੰਦਾ ਸੀਟ ਹੈ ਨਹੀਂ ਅਗਲੇ ਇਨਟੇਕ ਚ ਆਈਂ ਥੋ ਇਸ ਇਸ ਲਈ ਮੈਂ ਬੱਚਿਆਂ ਨੂੰ ਕਹਾਂਗਾ ਕਾਲੀ ਦੀ ਬਜਾਏ ਇਹ ਦਾ ਮਤਲਬ ਇਹ ਵੀ ਡਰਨ ਦੀ ਲੋੜ ਨਹੀਂ ਕਿਉਂਕਿ ਮੈਨੂੰ ਪਤਾ YouTube ਤੇ ਵੀ ਵੀਡੀਓ ਕੀ PPR ਆਈ ਹੈ ਪਤਾ ਨਹੀਂ ਹੋਣਾ PPR ਵੀ ਕੈਨਸਲ ਹੋ ਜਾਂਦੀ ਬਟਾ ਉਹ ਵੀ ਉਤੋ ਚੀਜ਼ ਤੇ ਵੀ ਉੱਠੋ ਉਹ ਵੀ ਡਰੀ ਜਾਂ ਡਰਾਇਆ ਜਾਂਦਾ ਬੱਚਨ ਨੂੰ ਉਹ ਵੀ ਚੀਜ਼ ਤੇ ਵੀ ਡਰਨ ਦੀ ਲੋੜ ਨਹੀਂ PPR ਇਸ ਆਲਮੋਸਟ ਵੀਜ਼ਾ ਸੋ ਮੀਨ ਡਰਨ ਦੀ ਲੋੜ ਨਹੀਂ ਆ ਸੋ ਮੈਂ ਟਿਕਟ ਬੁੱਕ ਤਾਂ ਕਰਾਉਣ ਨੂੰ ਕਹਿ ਰਿਹਾ ਕਿਉਂਕਿ ਉਹਨੂੰ ਕਾਲਜ ਦੀ ਸੀਟ ਕਨਫਰਮ ਕਰਾਉਣੀ ਵੀ ਜ਼ਰੂਰੀ ਆ ਆਲਰੇਡੀ ਬਹੁਤ ਸਾਰੇ ਕਾਲਜ ਯੂਨੀਵਰਸਿਟੀਆਂ ਡੈਡਲਾਈਨ ਨਿਕਲ ਚੁੱਕੀਆਂ ਵੀਜ਼ੇ ਨਹੀਂ ਬੰਦ ਹੋਣੇ ਵੀਜ਼ੇ ਆਈ ਜਾਣੇ ਆ ਕਿਉਂਕਿ ਕਾਲਜਸ ਨੇ ਡੈਡਲਾਈਨ ਸਿੱਗੀਆਂ ਕਿ ਤੁਸੀਂ ਸਾਡੇ ਕੋਲ ਅਨਰੋਲ ਹੋ ਜੋ ਸੀਟਾਂ ਕਨਫਰਮ ਕਰਾ ਲਓ ਹੁਣ ਜਿਹੜੇ ਬੱਚੇ ਕਿਸੇ ਵੀ ਕਾਰਨ ਕਰਕੇ ਮਿਸ ਹੋਏ ਆ ਕੋਈ ਵੀ ਰੀਜ਼ਨ ਆ ਬੇਟਾ ਬਿਲਕੁਲ ਜੇ ਮੈਂ ਕਹਾਂਗਾ ਕਿਸੇ ਵੀ ਏਜੰਟ ਦੇ ਕੋਲ ਆ ਏਜੰਟ ਦਾ ਚਾਹੇ ਮੇਰੇ ਕੋਲ ਵੀ ਹੋਣ ਕਿਉਂਕਿ ਉਹਦੇ ਪਿੱਛੇ ਵੀ ਰਿਸਕ ਸੀਗਾ ਇੱਕ ਵਾਰੀ ਅਨਰੋਲ ਹੋਣ ਤੋਂ ਬਾਅਦ ਵੀ ਸਾਫ ਡਿਡਕਸ਼ਨ ਰੱਬਣਾ ਕਰੇ ਵੀਜ਼ਾ ਨੇ ਉਹਦਾ ਡਿਡਕਸ਼ਨ ਵੀ ਜਿਆਦਾ ਅਮਾਊਂਟ ਨਾ ਹੋਣੀ ਸੀ ਤੇ ਕੋਈ ਫਰਕ ਨਹੀਂ ਪੈਂਦਾ ਵੀਜ਼ਾ ਆਇਆ ਸੋ ਯੂ ਆਰ ਵੈਰੀ ਲੱਕੀ ਜੇ ਅਗਲੇ ਇੰਟੇਕ ਦੇ ਵਿੱਚ ਵੀ ਤੁਸੀਂ ਜਾਣਾ ਚਾਹੁੰਦੇ ਆ ਤੇ ਤੁਹਾਨੂੰ ਨਹੀਂ ਸੀਟ ਮਿਲਦੀ ਅੰਗਲੈਂਡ ਦੀ ਸੀਟ ਮਿਲਦੀ ਹੈ ਬਿਲਕੁਲ ਲਵੋ ਤਾਂ ਤੁਸੀਂ ਜਾਓਗੇ ਕਿਸੇ ਤਰ੍ਹਾਂ ਦੀ ਟੈਨਸ਼ਨ ਨਹੀਂ ਹੋਣੀ ਆ ਵੀਜ਼ਾ ਪੀਰੀਅਡ ਵੀ ਜਿਹੜਾ ਹੈਗਾ ਵਾ ਤੁਸੀਂ ਉੱਥੇ ਜਾ ਕੇ ਵੀ ਐਕਸਟੈਂਡ ਕਰਾ ਸਕਦੇ ਸੋ ਮਿਲ ਕੇ ਡਰਨ ਦੀ ਲੋੜ ਨਹੀਂ ਹੈਗੀ ਕਿਸੇ ਬੱਚੇ ਨੂੰ ਤੇ ਦੂਸਰੀ ਗੱਲ ਆ ਕਈ ਵਾਰੀ ਬੱਚੇ ਕਹਿੰਦੇ ਜੀ ਮੈਨੂੰ ਤਾਂ ਕੋਰਸ ਹੀ ਸਪਟੰਬਰ ਇੰਡਿਕਸ ਚ ਮਿਲ ਰਿਹਾ ਐਂਡ which is yes genuinely practically not possible ਕਿ ਆਪ ਤੁਹੋ ਬੱਚਿਆਂ ਨੂੰ ਮੈਂ ਕਹਾਂਗਾ ਆਪਣਾ ਤੁਸੀਂ ਕੋਰਸ ਚੇਂਜ ਕਰ ਸਕਦੇ ਆ ਯਸ ਕਾਲਜ ਨਹੀਂ ਚੇਂਜ ਹੋਣਾ ਵੀਜ਼ਾ ਸਟੈਂਪਿੰਗ ਦੇ ਬਾਅਦ ਤੁਸੀਂ ਆਪਣਾ ਕੋਰਸ ਚੇਂਜ ਕਰ ਸਕਦੇ ਆ ਉਸੇ ਕਾਲਜ ਦੇ ਵਿੱਚ ਤੇ ਬਿਲਕੁਲ ਤੁਸੀਂ ਟਰੈਵਲ ਕਰ ਸਕਦੇ ਆ ਕਿ ਡਰਨ ਦੀ ਲੋੜ ਨਹੀਂ ਹੈਗੀ ਸੋ ਮੇਰੀ ਹਰ ਬੱਚੇ ਨੂੰ ਸਲਾਹ ਵੀਜ਼ਾ ਦਾ ਬੈਟਾ ਹੁੰਦੇ ਰਹਿਣੇ ਦਸੰਬਰ ਮਤ ਵੀ ਉਮੀਦ ਹੈ ਇਹੀ ਹੈ ਕਿ ਪੂਰਾ ਰਾਜਕਈ ਵੀਜ਼ਾ ਹਜੇ ਬੱਚੇ ਕੀ ਜਿਹੜੀ ਕਿ ਉਮੀਦ ਕਰ ਸਕਦੇ ਆ 25ਾਂ 25ਾਂ ਦਿਨਾਂ ਦੇ ਵਿੱਚ ਵੀ ਬੱਚਿਆਂ ਨੂੰ ਜਿਹੜਾ ਕੀ ਆ ਰਿਜ਼ਲਟ ਸਾਡੇ ਬੱਚਿਆਂ ਨੂੰ ਕਾਫੀ ਬੱਚੇ ਨੂੰ ਜਿਹੜਾ ਕੀ ਰਿਜ਼ਲਟ ਰੀਸੀਵ ਹੋਏ ਆ ਵੀਕ ਪ੍ਰੋਫਾਈਲ ਨੂੰ ਵੀ ਹੋਏ ਆ ਅੱਠ ਵੀਜ਼ਾ ਤੋਂ ਬਾਅਦ ਵੀ ਹੋਏ ਆ 46% 18 ਪਾਸ ਆਊਟ ਪੰਜ ਰਿਵੀਜ਼ਨ ਤੋਂ ਬਾਅਦ ਨੰਬਰਸ ਆਫ ਜਿਹੜੇ ਕਿ ਸਟੂਡੈਂਟ ਆ ਵੀਕ ਪ੍ਰੋਫਾਈਲ ਦੇ ਬੱਚੇ ਵੀਜ਼ਾ ਲੈਤੇ ਗਏ ਆ ਸੋ ਡਰਨ ਦੀ ਲੋੜ ਨਹੀਂ ਬਟ ਇੱਕੋ ਚੀਜ਼ ਦਾ ਖਿਆਲ ਰੱਖਣਾ ਵੀਜ਼ਾ ਆ ਗਿਆ ਪਰਮਾਤਮਾ ਸ਼ੁਕਰਗੁਜ਼ਾਰ ਕਰਨਾ ਦੂਜਾ ਟਿਕਟ ਉਦੋਂ ਲੈਣੀ ਆ ਜਦੋਂ ਤੁਹਾਡੀ ਸੀਟ ਕਨਫਰਮ ਹੋ ਗਈ ਹੈ ਮਿਲ ਕੇ ਡੈਫਰ ਤੋਂ ਡਰਨਾ ਨਹੀਂ ਡੈਫਰ ਵੀ ਇੱਕ ਪ੍ਰੋਸੈਸ ਦਾ ਪਾਰਟ ਆ ਅੱਗੇ ਵੀ ਜੇ ਇੰਨੀ دیر ਵੇਟ ਕੀਤੀ ਜੇ ਹੋ ਦੋ ਤਿੰਨ ਵੇਟ ਕਰ ਲਾਂਗੇ ਤੇ ਉਹ ਤੁਹਾਨੂੰ ਨੁਕਸਾਨ ਨਹੀਂ ਤੁਹਾਨੂੰ ਫਾਇਦਾ ਹੀ ਹੋਏਗਾ ਬਿਲਕੁਲ ਠੀਕ ਹੈ ਜੀ ਇਸ ਸਾਰੀਆਂ ਗੱਲਾਂ ਦਾ ਬਹੁਤ ਖਿਆਲ ਰੱਖਣ ਦੀ ਜ਼ਰੂਰਤ ਹੈ ਔਰ ਮੈਂ ਇਹ ਵੀ ਜਾਨਣਾ ਚਾਹੁੰਗਾ ਤਿਰਤ ਜੀ ਜਿਹੜੇ ਤੁਸੀਂ ਰਿਜ਼ਲਟ ਲਏ ਨਹੀਂ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਪ੍ਰਾਪਤੀ ਹੈ ਇਹਨੇ ਮਲਟੀਪਲ ਰਿਫਿਊਜ਼ਲ ਔਰ ਕਈ ਇੱਕ ਸਟੂਡੈਂਟ ਤਾਂ ਬਹੁਤ ਲੋ ਪਰਸੈਂਟੇਜ ਸੀ 50% ਤੋਂ ਘੱਟ ਸੀ ਸੋ ਤੁਸੀਂ ਉਹਨਾਂ ਦੇ ਵੀ ਰਿਜ਼ਲਟ ਲਏ ਨੇ ਸੋ ਵਿਦਿਆਰਥੀ ਕਿਸੇ ਵੀ ਕਨਫਿਊਜ਼ਨ ਦੀ ਸਥਿਤੀ ਦੇ ਵਿੱਚ ਤੀਰਤ ਜੀ ਦੇ ਨਾਲ ਗੱਲ ਕਰਨ ਇਹਨਾਂ ਦੇ ਲਾਈਵ ਸ਼ੋਅ ਦੇ ਉੱਤੇ ਸੰਪਰਕ ਕਰੋ ਲਾਈਵ ਕਾਲ ਕਰੋ 8557858578 ਤੇ ਫੋਨ ਕਰਕੇ ਤੀਰਤ ਜੀ ਨੂੰ ਮਿਲੋ ਫਿਰ ਆਪਣੀ ਜ਼ਿੰਦਗੀ ਦਾ ਡਿਸੀਜਨ ਕਰੋ ਅਗਰ ਹੁਣ ਵੀ ਕਿਸੇ ਨੇ ਤੀਰਤ ਜੀ ਰੀਅਪਲਾਈ ਕਰਨਾ ਹੈ ਕੀ ਜਨੂਰੀ ਇਨਟੇਕ ਚ ਹੋ ਸਕਦਾ ਹੈ ਜਾਂ ਮਈ ਤੇ ਸਪਟੰਬਰ ਦੀ ਆਪਸ਼ਨ ਨਹੀਂ ਸਰ ਟੂ ਲੇਟ ਹੈ ਜਨੂਰੀ ਵਾਸਤੇ ਮੈਂ ਕਿਸੇ ਵੀ ਬਚੇ ਨੂੰ ਆਪ ਪੀਪੀਆਰ ਵਾਲੇ ਬਚੇ ਨੂੰ ਸਰ ਮੈਂ ਕਹਿ ਰਿਹਾ ਪਤਾ ਨਹੀਂ ਇਹਨਾਂ ਕੋਲ ਟ੍ਰੈਵਲ ਹੋਣਾ ਚਾਹੀਦਾ ਨਹੀਂ ਹੋਣਾ ਸੀਡਿੰਗ ਸੋ ਨਵਾਂ ਬੱਚਾ ਕਾਲੀ ਨਾ ਕਰੇ ਮੈਂ ਮੰਨ ਸਕਦਾ ਕਿ ਟ੍ਰੈਂਡ ਬੜਾ ਵਧੀਆ ਚੱਲਣ ਦਿਆ ਬਟ ਇਹ ਟ੍ਰੈਂਡ ਉਹ ਆ ਉਸ ਟਾਈਮ ਤੇ ਬੱਚੇ ਨੇ ਮਹੀਨਾ ਡੇਢ ਮਹੀਨਾ ਦੋ ਮਹੀਨੇ ਪਹਿਲਾਂ ਫਾਈਨਲ ਲਈਆਂ ਜਦੋਂ ਡਰ ਲੱਗ ਰਿਹਾ ਸੀ ਬੱਚਿਆਂ ਨੂੰ ਡਰਾਇਆ ਜਾ ਰਿਹਾ ਸੀ ਦੁਬਾਰਾ ਗਾਵਾ ਬੇਟਾ ਵੀਜ਼ਾ ਪੂਰੇ ਸਾਲ ਹੀ ਨਹੀਂ ਬੰਦ ਹੋਇਆ ਯੈਸ ਹਾਂ ਨਵੰਬਰ ਚ ਜਾਣਾ ਦੇਖਣ ਨੂੰ ਜ਼ਰੂਰ ਮਿਲੇ ਚਾਹੇ ਨਵੰਬਰ ਚਾਹੇ ਦੇ ਪਹਿਲਾਂ ਆਏ ਉਹਦੇ ਤੇ ਟ੍ਰੈਂਡ ਬਹੁਤ ਵਧੀਆ ਤੇ ਜਿਹੜੇ ਬਚਦੇ ਐ ਇਸ ਨਵੰਬਰ ਚ ਵੀ ਟ੍ਰੈਂਡ ਚ ਵੀਜ਼ਾ ਨਹੀਂ ਆਇਆ ਵਧੀਆ ਟ੍ਰੈਂਡ ਚ ਦਾ ਅਸੀਂ ਬਗੈਰ ਐ ਸੂਦ ਲਈ ਸਰ ਇਹ ਚੀਜ਼ਾਂ ਮੈਟਰ ਨਹੀਂ ਕਰਦੀਆਂ ਤੇ ਦੁਬਾਰਾ ਕਹੂੰਗਾ ਟ੍ਰੈਂਡ ਹਮੇਸ਼ਾ ਵਧੀਆ ਮਿਹਨਤ ਕਰਦੇ ਰਹੀਏ ਆਪਣੀ ਫਾਈਲ ਚ ਕਮੀਆਂ ਕੀ ਹੈਗੀਆਂ ਉੱਤੇ ਵਰਕਆਊਟ ਕਰੀਏ ਤੇ ਦੂਜੀ ਗੱਲ ਆ ਉਸ ਵਾਇਗੁਰ ਤੇ ਯਕੀਨ ਦਲੇਰੀ ਰੱਖੀਏ ਡਰਿਆ ਨਾ ਜਿੰਨੀ ਮਰਜੀ ਨੈਕਟੀਵਿਟੀ ਵਾਲੀਆਂ ਵੀਡੀਓ ਜਿ YouTube ਤੇ ਆ ਜਾਣ ਵੀਜ਼ਾ ਤਾਂ ਹੀ ਆਏਗਾ ਜੇ ਆਪਾਂ ਅਪਲਾਈ ਕਰਾਂਗੇ ਵੀਜ਼ਾ ਤਾਂ ਹੀ ਆਏਗਾ ਜੇ ਆਪਾਂ ਹਰ ਚੀਜ਼ ਵੀਜ਼ਾ ਆਫੀਸਰ ਨੂੰ ਸੈਟੀਸਫਾਈ ਕਰਾਵਾਂਗੇ ਤੇ ਬਿਲਕੁਲ ਹਰ ਬੱਚੇ ਨੂੰ ਮਗਾਉਂਗਾ ਜੇ ਦੀ ਫਾਈਲ ਵੈਂਬੈਸੀ ਦੇ ਵਿੱਚ ਆ ਦਲੇਰੀ ਰੱਖਣੀ ਹੈ ਤੇ ਬਿਲਕੁਲ ਵਧੀਆ ਟ੍ਰੈਂਡ ਚੱਲ ਰਿਹਾ ਉਮੀਦ ਕਰਦਾ ਹਰ ਬੱਚੇ ਦਾ ਵੀਜ਼ਾ ਜਰੂਰ ਆਵੇ ਚਲੋ ਥੈਂਕ ਯੂ ਸੋ ਮਚ